ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ, ਲਾਈਵ ਕਵਰੇਜ ਲਈ ਸੰਪਰਕ ਕਰੋ। ਹਨੂਮਤ ਸਕੂਲ ਵਿੱਚ ਸੁਤੰਤਰਤਾ ਦਿਵਸ ਅਤੇ ਰੱਖੜੀ ਦੀ ਧੂਮ। ਸ਼੍ਰੀ ਹਨੂਮਤ ਇੰਟਰਨੈਸ਼ਨਲ ਪਬਲਿਕ ਸਕੂਲ ਗੁਰਾਇਆ ਵਿੱਚ ਆਜ਼ਾਦੀ ਦਿਵਸ ਅਤੇ ਰੱਖੜੀ ਦੀ ਖੁਸ਼ੀ ਦੇ ਅਵਸਰ 'ਤੇ ਰੰਗਾਰੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਤਿਉਹਾਰ ਨੂੰ ਬੜੇ ਉਤਸ਼ਾਹ ਨਾਲ ਸਕੂਲ ਵਿੱਚ ਮਨਾਇਆ ਗਿਆ। ਸਾਰੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਚਿਹਰਿਆਂ 'ਤੇ ਦੇਸ਼ ਭਗਤੀ ਦੀ ਭਾਵਨਾ ਉਤਪੰਨ ਹੋ ਰਹੀ ਸੀ। ਦੂਸਰੇ ਪਾਸੇ ਆਪਣੇ ਪਾਰੰਪਰਿਕ ਤਿਉਹਾਰਾਂ ਦੀ ਜਾਣਕਾਰੀ ਦੇਣ ਦੇ ਉਦੇਸ਼ ਨੂੰ ਦੇਖਦੇ ਹੋਏ ਸਕੂਲ ਵਿੱਚ ਰੱਖੜੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਪ੍ਰਿੰਸੀਪਲ ਸ਼੍ਰੀਮਤੀ ਆਰਤੀ ਸੋਪਤੀ ਜੀ ਨੇ ਸਾਰੇ ਵਿਦਿਆਰਥੀਆਂ ਨੂੰ ਸੁਤੰਤਰਤਾ ਦਿਵਸ 'ਤੇ ਰੱਖੜੀ ਦੀ ਵਧਾਈ ਦਿੱਤੀ ਅਤੇ ਸਭ ਨੂੰ ਮਿਲਜੁਲ ਕਰ ਰਹਿਣ ਲਈ ਪ੍ਰੇਰਿਤ ਕੀਤਾ। ਰੰਗਾਰੰਗ ਪ੍ਰੋਗਰਾਮ ਹੇਠ ਵਿਦਿਆਰਥੀਆਂ ਨੇ ਦੇਸ਼ ਭਗਤੀ ਗੀਤ, ਕਵਿਤਾਵਾਂ ਅਤੇ ਡਾਂਸ ਪੇਸ਼ ਕੀਤੇ, ਜਿਨ੍ਹਾਂ ਦੇ ਜ਼ਰੀਏ ਉਹਨਾਂ ਨੇ ਸਭ ਦਾ ਮਨ ਮੋਹ ਲਿਆ। ਦੇਸ਼ ਭਰ ਵਿੱਚ ਭਰਾ ਦੀ ਲੰਬੀ ਉਮਰ ਦੀ ਦੁਆ ਮੰਗਦੇ ਹੋਏ ਭੈਣ ਆਪਣੇ ਭਰਾ ਨੂੰ ਰੱਖੜੀ ਬੰਨ੍ਹਦੀ ਹੈ, ਪਰ ਜੇ ਪਿਆਰ ਅਤੇ ਦਿਲ ਨਾਲ ਰੱਖੜੀ ਅਤੇ ਥਾਲੀ ਦੀ ਸਜਾਵਟ ਕੀਤੀ ਗਈ ਹੋਵੇ ਤਾਂ ਉਸ ਦੀ ਗੱਲ ਵੀ ਕੁਝ ਹੋਰ ਹੈ। ਇਸ ਉਦੇਸ਼ ਨੂੰ ਪੂਰਾ ਕਰਨ ਲਈ ਸਕੂਲ ਵਿੱਚ ਆਰਮੀ ਜਵਾਨਾਂ ਨੂੰ ਰੱਖੜੀ ਬੰਨ੍ਹਣ ਲਈ ਬੁਲਾਇਆ ਗਿਆ। ਇਸ ਮੌਕੇ ਕਰਨਲ ਕੁਲਵੰਤ ਸਿੰਘ ਜੀ, ਕਮਾਂਡਿੰਗ ਅਫਸਰ NCC ਫਗਵਾੜਾ ਅਤੇ ਉਹਨਾਂ ਦੇ ਨਾਲ ਸੂਬੇਦਾਰ ਮੇਜਰ ਦੇਵੀ ਸਿੰਘ, ਸੂਬੇਦਾਰ ਚਰਨਜੀਤ ਸਿੰਘ ਵਿਸ਼ੇਸ਼ ਰੂਪ ਨਾਲ ਸਕੂਲ ਪਹੁੰਚੇ। ਛੋਟੇ ਛੋਟੇ ਬੱਚਿਆਂ ਨੇ ਉਹਨਾਂ ਦੇ ਗੁੱਟ 'ਤੇ ਰੱਖੜੀ ਸਜਾਉਂਦਿਆਂ ਉਹਨਾਂ ਦੀ ਲੰਬੀ ਉਮਰ ਦੀ ਕਾਮਨਾ ਕੀਤੀ। ਕੜੀ ਧੁੱਪ ਵਿੱਚ ਵੀ ਦੇਸ਼ ਦੀ ਸੁਰੱਖਿਆ ਕਰਨ ਦੇ ਲਈ ਸਾਰੇ ਜਵਾਨਾਂ ਦੀ ਪ੍ਰਸ਼ੰਸਾ ਕੀਤੀ ਗਈ ਅਤੇ ਉਹਨਾਂ ਨੂੰ ਦਿਲ ਤੋਂ ਸਲਾਮ ਕੀਤਾ। ਕੁਲਵੰਤ ਸਿੰਘ ਜੀ ਨੇ ਬੱਚਿਆਂ ਦੇ ਯਤਨਾਂ ਦੀ ਤਾਰੀਫ ਕੀਤੀ ਅਤੇ ਕਿਹਾ ਕਿ ਸਾਰੇ ਵਿਦਿਆਰਥੀ ਪੜ੍ਹ ਲਿਖ ਕੇ ਦੇਸ਼ ਦਾ ਨਾਮ ਰੋਸ਼ਨ ਕਰਨ। ਪ੍ਰੋਗਰਾਮ ਦਾ ਉਮਤ ਰਾਸ਼ਟਰੀ ਗੀਤ ਨਾਲ ਕੀਤਾ ਗਿਆ। ਪ੍ਰਿੰਸੀਪਲ ਸ਼੍ਰੀਮਤੀ ਆਰਤੀ ਸੋਪਤੀ ਜੀ ਦੇ ਨਾਲ ਨਾਲ ਸਮੂਹ ਮੈਨੇਜਮੈਂਟ ਕਮੇਟੀ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਉਹਨਾਂ ਲਈ ਵਧੀਆ ਭਵਿੱਖ ਦੀ ਕਾਮਨਾ ਕੀਤੀ। ਮੈਨੇਜਮੈਂਟ ਕਮੇਟੀ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਉਹਨਾਂ ਦਾ ਸਕੂਲ ਪਹੁੰਚਣ ਲਈ ਧੰਨਵਾਦ ਕੀਤਾ। आज स्कूल में स्वतंत्रता दिवस, इंडिपेंडेंस डे और साथ ही में रक्षाबंधन के त्यौहार का आयोजन किया गया। स्वतंत्रता दिवस के पर्व पर हम उन शहीदों को याद करते हैं जिन्होंने अपने निजी स्वार्थों को त्याग कर अपने देश के लिए अपना सर्वस्व त्याग दिया। और रक्षाबंधन का त्यौहार भाई और बहन के प्रेम का प्रतीक है। अब इस त्यौहार को हम उसी स्वतंत्रता दिवस के साथ जोड़ते हुए कि हम उन वीर भाइयों को याद करते हैं। रक्षाबंधन के पर्व पर भाई ने तो अपनी बहन से उसकी रक्षा का वादा कर लिया और उन वीरों ने अपना वादा निभा भी दिया देश की सेवा करके। लेकिन अब आज हम सभी बहनों और हम सभी भाइयों का भी फर्ज बनता है कि जो उन वीरों ने किया, जो उन्होंने त्याग किए, हम उनके त्यागों को अपने ध्यान में रखते हुए, उनके बलिदानों को ध्यान में रखते हुए जो उन्होंने हमें दिया इस देश की आज़ादी, उसे संभाल कर रखें। आज मुख्य अतिथि के रूप में हमारे बीच में फगवाड़ा NCC कमांडेंट बटालियन 8 से कर्नल कुलवंत सिंह जी, साथ में देवी सिंह जी उपस्थित हुए। एक बहुत ही बड़ा मनमोहक प्रोग्राम का आयोजन किया गया, राखियां बांधी गई
और पूरा परिवार ऐसे लग रहा था कि पूरा परिवार एक दूसरे को राखी बांध रहा है। और एक बहुत ही अच्छी भावना मुझे अपने बच्चों में भी महसूस हुई कि फौजियों के साथ जुड़ना, वो देखना कि वो हमारे देश के लिए क्या करते हैं। मेरे बच्चे बहुत ही भावुक हो उठे इस प्रोग्राम को प्रस्तुत करते हुए भी और प्रस्तुत करने के बाद भी। तो इस उपलक्ष्य पर मेरा सभी बच्चों को और सभी भाई बहनों को यही संदेश है कि आज हम अपने अंदर के मैल को मिटाकर उसको धो डालें, उसे धोकर उसे दूर करके हम सब एक दूसरे के साथ मिलकर इस देश की तरक्की के बारे में सोचें, तभी हम हिंदुस्तान को एक नए आयाम तक ले जा सकते हैं। जय हिंद।